ਨਹੀਂ ਠੀਕ ਹੈ ਆ ਇਹਨਾਂ ਚੌਣਾ ਕਦਾ ਇਕੱਠਾ ਕੀਤਾ ਓਏ ਤਾਂ ਤੇਰੇ ਵਿਆਹ ਕਰਕੇ ਲੈ ਦੱਸ ਦੇ ਮੇਰਾ ਪੁੱਤ ਸਾਰਿਆਂ ਨੂੰ ਹੁਣ ਤਾਂ ਸਾਰੇ ਇਕੱਠੇ ਹੋਏ ਆ ਮੁੜ ਕੇ ਇਕੱਲੇ ਇਕੱਲੇ ਦੇ ਘਰੇ ਜਾ ਕੇ ਭੌਂਕਦੇ ਫਿਰਾਂਗੇ ਹੈ ਹੁਣ ਇਹ ਸਾਰਿਆਂ ਨੂੰ ਸੱਦਾ ਦੇ ਕੇ ਪਰੇ ਕਰੀਏ ਆ ਲੈ ਓ ਅੱਛਾ ਉਹ ਲੋੜ ਹੀ ਨਹੀਂ ਉਹ ਆਪਾਂ ਨੂੰ ਵੱਡੇ ਗਿਆਨ ਦੀ ਪ੍ਰਾਪਤੀ ਹੋ ਗਈ ਉਹ ਵਿਆਹ ਵਿਊ ਚ ਕੁਛ ਨਹੀਂ ਰੱਖਿਆ ਆਪਾਂ ਨਹੀਂ ਕਰਾਉਣਾ ਵਿਆਹ ਉਹ ਮੈਂ ਤਾਂ ਪਹਿਲਾਂ ਹੀ ਕਿਹਾ ਸੀ ਬਈ ਇਹਦਾ ਵਿਆਹ ਨਹੀਂ ਹੋ ਸਕਦਾ ਹਮਾਰੀ ਵੀ ਵਿਦਿਆ ਹੈ ਕੁਛ ਦੋ ਛੜਿਆਂ ਦੀ ਇੱਕ ਢੋਲਕੀ ਰੋਜ਼ ਰਾਤ ਨੂੰ ਖੜ ਕੇ ਨਹੀਂ ਮੈਂ ਮਰ ਜਾਣੀ ਦਾ ਨਰਮ ਕਾਲ ਜਾ ਧੜਕੇ ਨਹੀਂ ਮੈਂ ਮਰ ਜਾਣੀ ਦਾ ਨਰਮ ਕਾਲ ਜਾ ਧੜਕੇ ਨਹੀਂ ਮੈਂ ਮਰ ਜਾਣੀ ਦਾ ਭਾਈ ਉਹ ਮਰ ਜਾ ਜੇਠਾਂ ਦੇ ਸਾਹਮਣੇ ਕਿਹੜਾ ਦਿੱਤਾ ਮੈਂ ਤਾਂ ਉਹ ਜਾ ਯਾਰ ਚੜ੍ਹਤਿਆ ਗੇਲੀ ਗੱਲ ਦੀ ਆਖੇ ਟੀਸੀ ਵਾਲਾ ਬੇਰ ਕੁੜੁੰਬਾ ਤੇਰੇ ਤਾਂ ਉਸਤਾਦ ਥੱਲੇ ਗਿੜਕਾਂ ਵੀ ਨਹੀਂ ਪਈਆਂ ਮੈਂ ਤਾਂ ਤੇਰੀ ਭਾਬੀ ਨਾਲ ਸ਼ਰਤ ਲਾਈ ਬੈਠਾ ਸੀ ਇੱਜ਼ਤ ਹੀ ਰੋਲ ਕੇ ਰੱਖਦੀ ਘਰੇ ਉਹ ਜਾਣਦਾ ਮੈਂ ਤੈਨੂੰ ਜਿਹੜੇ ਤੇਰੇ ਝੰਡੇ ਝੂਲਦੇ ਆ ਆਖੇ ਤੌਲੀਆ ਕਿੱਥੇ ਰੱਖਿਆ ਸੀ ਆ ਜਵਾਕ ਫੜਿਓ ਹਾਂ ਮਰ ਜੇ ਆ ਫੂਨਗੀ ਦਾ ਆ ਗਿਆ ਤੈਨੂੰ ਨਹਾ ਕੇ ਬਾਥਰੂਮ 'ਚ ਵਾਈਪਰ ਕਿਹਨੇ ਮਾਰਨਾ ਸੀ ਆ ਭਾਂਡੇ ਮਾਂਜੀ ਖਾ ਮਰ ਜੇ ਉਹ ਤੂੰ ਘਰੇ ਭਰਜਾਈ ਰੱਖੀ ਕਿ ਥਾਣੇਦਾਰ ਰੱਖਿਆ ਨਾ ਇੰਨੀ ਗੁਸਲਖਾਨੇ ਦੀ ਪੀੜੀ ਨਹੀਂ ਥੱਲੇ ਰਹਿੰਦੀ ਜਿੰਨਾ ਤੂੰ ਥੱਲੇ ਲੱਗਿਆ ਭਰਾਵਾ ਉਹ ਤੁਸੀਂ ਕਿਸੇ ਐਕਸਟਰਾ ਜਨਾਨੀ ਨਾਲ ਗੱਲ ਕਰਕੇ ਦੇਖੋ ਸੰਘ ਤੱਕ ਗੂਠਾ ਦੇਣ ਨੂੰ ਜਾਂਦੀਆਂ ਤੇ ਆਪ ਸੁਨਿਆਰੇ ਨਾ ਦਰਜੀ ਨਾ ਕੱਪੜੇ ਵਾਲੇ ਨਾਲ ਹੱਸ ਹੱਸ ਕੇ ਗੱਲਾਂ ਮਾਰਦੀਆਂ ਆਖੇ ਆਹ ਦਿਖਾ ਦਿਓ ਨਹੀਂ ਨਹੀਂ ਆਹ ਦਿਖਾ ਦਿਓ ਨਹੀਂ ਤੁਸੀਂ ਮੈਨੂੰ ਉਹਨਾਂ ਸੋਹਣੇ ਡਿਜ਼ਾਈਨ ਨਹੀਂ ਦਿਖਾ ਰਹੇ ਜਿੰਨਾ ਬਾਕੀਆਂ ਨੂੰ ਦਿਖਾ ਰਹੇ ਆ ਅੱਗੋ ਉਹਨਾਂ ਦਾ ਜਵਾਬ ਵੀ ਤਿਆਰ ਹੀ ਹੁੰਦਾ ਤੇ ਤੁਹਾਡੇ ਤੇ ਸਾਰਾ ਕੁਝ ਦੱਸਦਾ ਤੁਸੀਂ ਜੋ ਮਰਜ਼ੀ ਪਾ ਲਵੋ ਲੈ ਦੱਸ ਇੱਥੇ ਕੋਈ ਕੁੰਡੀਆਂ ਮੁੱਛਾਂ ਦੀ ਤਾਰੀਫ਼ ਕਰ ਦੇਵੇ ਸਹੀ ਅਗਲੇ ਦਿਨ ਹੀ ਉਸ ਤਰ੍ਹਾਂ ਨਾਲ ਫਰਵਾਤਾ ਤਾਂ ਮੈਨੂੰ ਕਹਿ ਦਿਓ ਉਹ ਕੜਿੱਕੀ 'ਚ ਫਸੇ ਹੋਏ ਚੂਹੇ ਵਰਗੀ ਹਾਲਤ ਆ ਤੁਹਾਡੀ ਮਾਰਦੇ ਆ ਗੱਲਾਂ ਤੁਸੀਂ ਆਖੇ ਬੁੜੀਆਂ ਨੂੰ ਬਰਾਬਰੀ ਦਾ ਹੱਕ ਦਿਓ ਮੋਢੇ ਸੇ ਮੋਢਾ ਮਿਲਾ ਕੇ ਚੱਲੇਂਗੇ ਉਹ ਕਿਹੜੇ ਮੋਢੇ ਮੋਢੇ ਮੁੰਡੇ ਤਾਂ ਬਹੁਤ ਚਿਰ ਦੇ ਟੱਪ ਗਈਆਂ ਇਹ ਬੰਦਿਆਂ ਦੇ ਸਿਰ ਤੋਂ ਗੱਠ ਉੱਤੇ ਟੈਕਦੀਆਂ ਫਿਰਦੀਆਂ ਤੇ ਤਾਈ ਤੂੰ ਤੂੰ ਕੀ ਝੋਲੀ ਭਰ ਲਈ ਵਿਆਹ ਕਰਾ ਕੇ ਸਾਰੀ ਉਮਰ ਤਾਏ ਤੋਂ ਹੱਡ ਕਟਾਏ ਪਾਲ ਪੋਸ ਕੇ ਪੁੱਤ ਬੜੇ ਕੀਤੇ ਤੇ ਹੁਣ ਤੇਰੇ ਪੁੱਤ ਤੈਨੂੰ ਨਹੀਂ ਸਿਆਣਦੇ ਆ ਪੀ ਕੇ 300 ਦੀ ਬੋਤਲ ਠੇਕੇ ਤੇ ਲੜਦਾ ਰਹਿੰਦਾ ਹੈ ਤੈਨੂੰ ਕਦੇ ਦਸਾਂ ਦਾ ਬੱਤਾ ਪੜਾਇਆ ਨੇ ਚਾਹ ਦੇ ਨਾਲ ਤੇਰੀ ਯਾਰ ਨੂੰ ਤਾਂ ਪੈਸੇ ਮੁੱਕ ਜਾਂਦੇ ਆ ਉਹ ਕੋਈ ਜੱਟ ਵੀ ਆਪਣੇ ਕੱਟੇ ਬੱਚੇ ਦਾ ਰੱਸਾ ਫੜਾਉਂਦਾ ਨਾ ਤਾਂ 2-2.5 ਹਜ਼ਾਰ ਰੁਪਇਆ ਭਾਲਦਾ ਮੈਂ ਤੁਹਾਡੇ ਤੇ ਹੈਰਾਨ ਹਾਂ ਮਤਲਬ ਇੰਨੀਆਂ ਮਾੜੀਆਂ ਹੋ ਤੁਸੀਂ ਕਿ ਤੁਹਾਡਾ ਰੱਸਾ ਵੀ ਫੜਾ ਦਿੰਦੇ ਆ ਤੇ 20-25 ਲੱਖ ਰੁਪਇਆ ਵੀ ਦੇਣਾ ਪੈਂਦਾ ਦਾਜ ਦਾ ਕਿਸੇ ਸਿਆਣੀ ਗੋਰੀ ਨੇ ਕਿਹਾ ਕਿ ਜਨਾਨੀ ਨੂੰ ਬੰਦੇ ਦੀ ਓਨੀ ਲੋੜ ਹੁੰਦੀ ਹੈ ਜਿੰਨੀ ਮਛਲੀ ਨੂੰ ਸਾਈਕਲ ਦੀ ਓਏ ਪੰਡ ਜੀ ਸ਼ਰਾਬ ਚਰੂਪ ਨਹੀਂ ਮਿਲਿਆ ਮੈਨੂੰ ਇਹ ਵਰਦਾਨ ਮਿਲਿਆ ਮੈਨੂੰ ਵਰਦਾਨ ਹੁਣ ਕਿਸੇ ਰਿਸ਼ਤੇ ਵਾਲੇ ਨੂੰ ਕੁੱਕੜ ਦਾ ਕਿਵੇਂ ਕੁੱਕੜ ਦੀ ਬੈਠ ਨਹੀਂ ਖਵਾਉਂਦਾ ਵੀਰੇ ਕੁੱਤਾ ਹੋਵੇ ਜਿਹੜਾ ਵਿਆਹ ਕਰਾਵੇ ਉਹ ਸਾਰੇ ਰਿਸ਼ਤੇ ਰੱਬ ਨੇ ਆਪ ਬਣਾ ਕੇ ਭੇਜਿਆ ਜਿਨ੍ਹਾਂ ਦੀ ਸਾਨੂੰ ਲੋੜ ਸੀ ਮਾਂ ਪਿਓ ਦਾ ਰਿਸ਼ਤਾ ਭੈਣ ਭਰਾ ਦਾ ਰਿਸ਼ਤਾ ਤਾਏ ਚਾਚਿਆਂ ਦਾ ਰਿਸ਼ਤਾ ਉਹ ਪਤੀ ਪਤਨੀਆਂ ਦੀ ਲੋੜ ਥੋੜੋ ਸੀ ਇਹ ਸਿਆਪਾ ਅਸੀਂ ਆਪ ਗਲ ਪਾਇਆ ਉਹ ਕਦੇ ਜਨੌਰ ਵਿਆਹ ਕਰਾਉਂਦੇ ਦੇਖੇ ਹੈ ਹੈ ਉਹ ਘੁੱਗੀਆਂ ਗਟਾਰਾ ਸਾਡੇ ਨਾਲੋਂ ਸਿਆਣੇ ਨੇ ਆ ਧਰਤੀ ਫੀਮੇਲ ਹੈ ਤੇ ਉਹ ਆਸਮਾਨ ਮੇਲ ਹੈ ਰੱਬ ਨੇ ਕਿੱਡੀ ਦੂਰ ਦੂਰ ਚੱਕ ਕੇ ਮਾਰੇ ਆਖੇ ਹਿੰਦੂ ਮੁਸਲਮਾਨ ਲੜਨ ਕੇ ਅੱਡ ਦੇਸ਼ ਬਣਾ ਦਿਓ ਉਹ ਜੇ ਲੜਾਈ ਬੰਦ ਕਰਾਉਣੀ ਸੀ ਨਾ ਤਾਂ ਬੁੜੀਆਂ ਨੂੰ ਮਾਰਨਾ ਹੀ ਚੱਕ ਕੇ ਪਾਕਿਸਤਾਨ ਇਹ ਉੱਥੇ ਲਾਉਂਦੇ ਰਹਿੰਦੀਆਂ ਲਾਹੌਰ ਤੀਆਂ ਤੇ ਅਸੀਂ ਇੱਥੇ ਬੱਕਰੇ ਬੁਲਾਉਂਦੇ ਨਾ ਹੁਣ ਤੀਆਂ ਲੱਗਦੀਆਂ ਨਾ ਸਾਨੂੰ ਬੱਕਰੇ ਬੁਲਾਉਣ ਦਿੰਦੀਆਂ ਇਹ ਵਿਆਹ ਵਿਆਹ ਲਾਈ ਆ